जस पंजाबी देख रहे सारे दर्शकों का जी आया मैं हाँ तुहाडे नाल हरकीरत सिंह आलूवालिया। जस पंजाबी की टीम अच पहुंची है गुरु नानक दरबार गुरुद्वारा साहिब हिक्सविल न्यूयॉर्क विखे, जिथे अज तुम वेख सकते हो कि जेडे साडे प्रबंधक ने इत्थे जुड़े हुए हैं और कौंसलर जनरल ने उन्होंने भी इत्थे शमूलियत की है। और अज इन्हों का इत्थे पहुँचने का एक मेन मकसद है 1 जुलाई तुहानू याद होनी है अफगानिस्तान दे विच खास तौर पर शहर जलालाबाद दे विच जो बम धमाका होया उत्थे 15 गुरु सिंह साहिबाना की मौत हो गई। लेकिन अज जेडे प्रबंधक इत्थे मौजूद ने वो कह रहे हैं यह मौत नहीं ए सिख कौम दे लई उन्हां दी शहादत है। उस लासानी शहादत नूं वो याद कर रहे ने और नम अखां दे नाल अपनी श्रद्धांजलि भेट करते हुए नज़र आ रहे ने और गल रख रहे ने कि आखिरकार यह हादसा जिहड़ा होया इहनूं हादसा कहीए क्योंकि यह हुण इतिहास दे विच एक अपने आप च जज्बात बन गए ने कि इहनूं हादसा कहीए या फिर असी इहनूं कहीए टारगेट किलिंग। यह जानने की कोशिश करांगे अज दे इस पूरे विचार वटांदरा असीं जरूर जारी रखांगे और खास प्रोग्राम दे विच तुहानूं दर्शाउण की कोशिश करांगे इन्हां सारे सवालों का जवाब और जानने की कोशिश करांगे कि आखिरकार की है अफगानिस्तान दे विच अजिहां कहानियां, की है अफगानिस्तान का इतिहास जो कि मजबूर करता है साडे सिख भाईचारे नूं अमेरिका, यूके, यूरोप, न्यूजीलैंड, ऑस्ट्रेलिया जाण नूं, कि जिहड़े परिवार इस टाइम अफगानिस्तान दे विच मौजूद है कि वह सलामत है कि नहीं। अब्दुल सत्तार हकबीन कौंसलर जनरल है न्यूयॉर्क दर महफिल सोगवारी आगा रवेल सिंह व अवतार सिंह खुश आमदीद में गए व अलबत् इन वाक़े शर्मनाक के अस तरफ तुरस्था व अल हनूद व सिखा व बरदरान मुसलमिन अंजाम गिरफ्त काबिल هر گونه ما از این الفاظ نداریم که اینا را بد بگوییم و بد گفتن هم در شان ما نیست. هیچ کدام مذهب در دنیا این راه را برای ما رهنمایی نمی کند. ما از خداوند متعال برای شهیدان جلال‌آباد جنت نصیب می خواهیم و فامیل را برای ایشان حوصله آرزو می داریم. واحد جی کا خالصہ واحد جی کی فتح۔ یہ بہت ہی دکھدائک گھٹنا ہے اور یہ بارے سارے آپ دس چکے نے۔ میں جڑا پوائنٹ سمجھتا کہ کہنا ضروری ہے گا وہ ہے گا بھائی بشم برداس جی کا پوائنٹ جو کہ نویں گل نو دن اٹس اے ٹرو فیکٹ۔ یہ بڑی ضروری گل ہے ਸਾਡੇ ਗੁਰਦੁਆਰੇ 'ਚ ਔਰ ਇਹ ਅਫਗਾਨਿਸਤਾਨ 'ਚ ਮਸਲਾ ਹੋਇਆ ਹੈ ਔਰ ਟੋਨੀ ਭਾਅ ਜੀ ਨੇ ਕਿਹਾ ਕਿ ਸ਼ਿਲੋਂਗ 'ਚ ਵੀ ਕੁਛ ਹੋਇਆ ਸੀਗਾ ਪਿੱਛੇ ਕਿਤੇ ਹੋਰ ਵੀ। ਸੋ ਸਭ ਜਗ੍ਹਾ ਕੁਛ ਨਾ ਕੁਛ ਵੀ ਆਰ ਲਿਵਿੰਗ ਇਨ ਡਾਇਨਾਮਿਕ ਵਰਲਡ ਸਮਥਿੰਗ ਇਜ਼ ਗੋਇੰ ਟੂ ਹੈਪਨ ਸਮਵੇਅਰ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਰਹੇਗਾ। ਸੋ ਅੱਜ ਜੇ ਅਸੀਂ ਸਾਰੇ ਲੋਕ ਇਕੱਠੇ ਹੋਏ ਹਾਂ ਕਮ ਅਜ਼ ਕਮ ਕੋਈ ਨਾ ਕੋਈ ਰੈਜ਼ੋਲਿਊਸ਼ਨ ਕੋਈ ਨਾ ਕੁਛ ਨਵਾਂ ਕੁਛ ਚੇਂਜ ਕਰਕੇ ਜ਼ਰੂਰ ਜਾਈਏ। ਕੁਛ ਗੁਰਦੁਆਰੇ ਦੀ ਕਮੇਟੀ ਸਾਡੇ ਗੁਰਦੁਆਰੇ ਦੀ ਪੂਰੀ ਕਮੇਟੀ ਹੈ ਜਿੱਥੇ ਮੌਜੂਦ ਹੈ ਕੁਛ ਹੋਰ ਗੁਰਦੁਆਰੇ ਤੋਂ ਵੀ ਕਮੇਟੀਆਂ ਆਈਆਂ ਨੇ। ਕਮ ਅਜ਼ ਕਮ ਅਸੀਂ ਇਤਨਾ ਕਰ ਸਕਦੇ ਹਾਂ ਕਿ ਜਿੱਥੇ ਗੁਰਦੁਆਰੇ ਦੇ ਲਈ ਸਕੂਲ ਜ਼ਰੂਰੀ ਹੈ, ਗੁਰਦੁਆਰੇ ਦੇ ਬਿਲਡਿੰਗ ਡਿਪਾਰਟਮੈਂਟ ਜ਼ਰੂਰੀ ਹੈ, ਗੁਰਦੁਆਰੇ ਲਈ ਇੱਕ ਆਪਣੀ ਕੌਮ ਲਈ ਜਦੋਂ ਵੀ ਕੋਈ ਇਸ਼ੂ ਆਵੇ ਉਹਦੇ ਲਈ ਬਜਾਏ ਤੁਸੀਂ ਪ੍ਰੋਟੋਕੋਲ 'ਚ ਫਸ ਜਾਓ ਇੱਕ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਿਰਫ ਇੰਡੀਪੈਂਡੈਂਟ ਕਮੇਟੀ ਵਿੱਚ ਕੈਨ ਗੈਟ ਟੂਗੈਦਰ ਵਿਦ ਅਦਰ ਗੁਰਦੁਆਰਾਸ ਐਂਡ ਹੈਲਪ ਇਨ ਦੀਸ ਕਾਇੰਡ ਆਫ ਸਿਚੁਏਸ਼ਨਸ ਜੋ ਕਿ ਆਮ ਤੌਰ 'ਤੇ ਹੁੰਦਾ ਨਹੀਂ। ਸੋ ਮੇਰੀ ਰਿਕੁਐਸਟ ਹੋਏਗੀ ਆਪਣੀ ਕਮੇਟੀ ਲਈ ਵੀ ਅਤੇ ਬਾਕੀ ਕਮੇਟੀਆਂ ਲਈ ਵੀ ਕਿ ਆਪਣੇ ਆਪਣੇ ਗੁਰਦੁਆਰੇ 'ਚੋਂ ਇੱਕ ਇੱਕ ਨੁਮਾਇੰਦਾ ਇਸ ਕੰਮ ਪਿੱਛੇ ਕਿ ਜਿੱਥੇ ਵੀ ਕਦੀ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਅਸੀਂ ਲੋਕ ਇਕੱਠੇ ਹੋ ਕੇ ਉਸ ਲਈ ਕੁਛ ਕਰ ਸਕੀਏ, ਗੱਲਾਂ ਤੋਂ ਉੱਠ ਕੇ ਉੱਪਰ ਬਾਕੀ ਕੁਛ ਇੱਕ ਕਮ ਅਜ਼ ਕਮ ਕੁਛ ਕਰ ਸਕੀਏ, ਦੈਟ ਇਜ਼ ਟੂ ਗੈਟ ਸਮਥਿੰਗ ਡਨ। ਸੋ ਇਤਨੀ ਗੱਲ ਕਰਦੇ ਹੋਏ ਮੈਂ ਸ਼ਮਾ ਦਾ ਜਾਜਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਭ ਪਹਿਲੇ ਮੈਂ ਆੜੇ ਅਫਗਾਨ ਹਿੰਦੂ ਅਤੇ ਅਫਗਾਨ ਸਿੱਖ ਭਰਾਵਾਂ ਵੱਲੋਂ ਸ਼ਰਧਾਂਜਲੀ ਪੇਸ਼ ਕਰਨਾ ਵਾਂ। ਇਹ ਲੋਕ ਤੁਸੀਂ ਸੋਚੋ ਕੌਣ ਆਏ ਉੱਥੇ ਜੋ ਮਾਰੇ ਗਏ, ਉਹਨਾਂ ਨੇ ਆੜੇ ਬਿਜ਼ਨਸ ਨਹੀਂ ਸੋਚਿਆ, ਉਹਨਾਂ ਨੇ ਆੜਾ ਪਰਿਵਾਰ ਨਹੀਂ ਸੋਚਿਆ, ਉਹਨਾਂ ਨੇ ਇਹ ਸੋਚਿਆ ਕਿ ਉਸ ਹਾਲਾਤ ਦੇ ਵਿਚਕਾਰ ਆੜੇ ਗੁਰਦੁਆਰੇ ਅਤੇ ਮੰਦਰਾਂ 'ਤੇ ਕਿੰਝ ਉਹਨੀ ਬਚਾਉਣ। ਪਿਛਲੇ 20 ਸਾਲਾਂ 'ਚ ਇਹਨਾਂ 'ਚੋਂ ਕਈ ਲੋਕਾਂ ਨੇ ਕਈ ਗੁਰਦੁਆਰਿਆਂ 'ਚ ਜਾ ਕੇ ਦਿਨ ਰਾਤ ਸੇਵਾ ਕੀਤੀ ਹੈ, ਪਹਿਰਾਦਾਰੀ ਕੀਤੀ ਹੈ। ਅਗਰ ਇਮੈਜਿਨ ਕਰੋ
ਅਸੀਂ ਵੀ ਉੱਥੇ ਆਉਂਦੇ ਅਤੇ ਸ਼ਾਇਦ ਅਸੀਂ ਵੀ ਇਹਨਾਂ ਦੇ ਨਾਲ ਆਉਂਦੇ ਕਿ ਸਾਡੇ ਲੋਕਾਂ 'ਚ ਇਹ ਖੂਨ ਹੈ ਕਿ ਅਸੀਂ ਸਾਡੇ ਲੋਕਾਂ ਦੀ ਸੇਵਾ ਕਰੀਏ। ਡਾਕਟਰ ਸਾਹਿਬ ਨੇ ਬਹੁਤ ਅੱਛੀ ਗੱਲਾਂ ਕੀਤੀਆਂ। ਵਿਸ਼ੰਬਰ ਜਨ, ਥੈਂਕ ਯੂ ਫੋਰ ਯੋਰ ਟਰੂ ਹਾਰਟਡ ਕਾਮੈਂਟਸ। ਅਫਗਾਨਿਸਤਾਨ ਵਾਸ ਅ ਪਲੇਸ ਆਫ ਕ੍ਰੋਸ ਰੋਡ ਆਫ ਕਲਚਰ, ਟ੍ਰੇਡ ਐਂਡ ਬਿਜ਼ਨਸ। ਥਾਊਜ਼ੰਡਸ, ਡਾਕਟਰ ਸਾਹਿਬ ਨੇ ਕਿਹਾ ਥਾਊਜ਼ੰਡਸ ਈਅਰਸ ਅਗੋ ਅਫਗਾਨਿਸਤਾਨ ਸਿੱਖ ਉੱਥੇ ਆਇਆ। ਬਟ ਅਗਰ ਤੁਸੀਂ ਅਫਗਾਨਾਂ ਤੋਂ ਪੁੱਛੋ ਕਿ ਅਸੀਂ ਲੋਕ ਕੌਣ ਹਾਂ ਉੱਥੋਂ ਦੇ, ਉਹਨੇ ਸਾਨੂੰ ਆਲੇ ਹਨੂਤ ਦੇ ਨਾਂ 'ਤੇ ਜਾਣਦੇ, ਦੋਵੇਂ ਸਾਡੇ ਭਰਾ ਹਿੰਦੂ ਸਿੱਖਾਂ ਦੇ। ਉਹਨੇ ਕਹਿੰਦੇ ਬਾਸ਼ਗਾਨੇ ਅਸਲੀ ਅਫਗਾਨਿਸਤਾਨ ਉਸ ਦਾ ਸਿੰਪਲ ਟਰਾਂਸਲੇਸ਼ਨ ਇੰਗਲਿਸ਼ 'ਚ ਹੈ, ਸੋਰੀ ਉਸ ਦਾ ਸਿੰਪਲ ਟਰਾਂਸਲੇਸ਼ਨ ਇੰਗਲਿਸ਼ ਹੈ ਓਰੀਜਨਲ ਇਨਹੈਬੀਟੈਂਟਸ ਆਫ ਅਫਗਾਨਿਸਤਾਨ। ਜੋ ਤੁਸੀਂ ਅਗਰ ਕੰਪੇਅਰ ਕਰੋ ਤਾਂ ਨੇਟਿਵ ਇੰਡੀਅਨਸ ਜਿਹੜੇ ਇੱਥੇ ਹੈ ਨੇ ਉੱਥੇ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਦੇ ਓਰੀਜਨਲ ਲੋਕ ਹਨ, ਜੋ ਇੱਕ ਟਾਈਮ 'ਤੇ ਹਿੰਦੁਸਤਾਨ ਵੀ ਉਸ ਟਾਈਮ 'ਤੇ ਸ਼ਾਇਦ ਨਾ ਜਿਹੜੇ ਵੇਲੇ ਇਕੱਠੀ ਇੱਕ ਹੀ ਜਗ੍ਹਾ ਹੈ। ਸਮੇਂ ਜ਼ਿਆਦਾ ਨਹੀਂ ਲੈਣਾ ਵਾ, ਬਟ ਗੱਲਾਂ ਬਹੁਤ ਹੋਈਆਂ ਹਨ। ਉਮੀਦ ਕਰਨਾ ਕਿ ਅਫਗਾਨ ਸਿੱਖ ਭਰਾਵਾਂ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਬੈਠ ਕੇ ਕੁਛ ਸਟ੍ਰੈਟਜੀ ਜਿਹੀ ਬਣਾਈ ਜਾਏ, ਜਿੱਥੇ ਜਿਕਣ ਡਾਕਟਰ ਸਾਹਿਬ ਨੇ ਕਿਹਾ ਕਿ ਕੰਟੀਨਿਊਸ ਪ੍ਰੈਸ਼ਰ ਇਜ਼ ਮਸਟ ਐਂਡ ਇਟ ਹੈਜ਼ ਟੂ ਕੰਟੀਨਿਊ। ਇੱਕ ਛੋਟੀ ਜਿਹੀ ਸੂਚਨਾ ਹੋਰ ਦੇਣਾ, ਮੈਰੀਲੈਂਡ ਦੇ, ਹਾਂਜੀ, ਆਸਮਾਈ ਮੰਦਿਰ ਮੈਰੀਲੈਂਡ 'ਚ, ਜੋ ਆਸਮਾਈ ਮੰਦਿਰ ਅਫਗਾਨ ਹਿੰਦੂਆਂ ਦਾ ਮੰਦਿਰ ਹੈ, ਔਰ 2 ਮਹੀਨੇ ਪਹਿਲੇ ਉਸਦੀ ਸਥਾਪਨਾ ਹੋਈ ਹੈ। ਐਂਬੈਸਡਰ ਆਫ ਅਫਗਾਨਿਸਤਾਨ ਉੱਥੇ ਸ਼ਰਧਾਂਜਲੀ ਦੇਣੇ ਆਉਂਦੇ ਪੈਣ ਸੰਡੇ June 8 5 o'clock। ਡਾਕਟਰ ਸਾਹਿਬ ਤੁਹਾਡਾ ਮੈਂ ਜੋੜ ਕੇ ਰਿਕੁਐਸਟ ਕਰਨਾ, ਅਗਰ ਸਮੇਂ ਹੋਇਆ ਤਾਂ ਪਲੀਜ਼ ਉੱਥੇ ਸਾਡੇ ਦਰਸ਼ਨ ਦਿਓ। ਐਂਡ ਵੀ ਆਲ ਹੈਵ ਟੂ ਮੇਕ ਐਫਰਟਸ ਟੂ ਸੇਵ ਦੀ ਰਿਮੇਨਿੰਗ ਪੀਪਲ ਇਨ ਅਫਗਾਨਿਸਤਾਨ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਅਨੁਸਾਰ ਅਫਗਾਨਿਸਤਾਨ ਵਿੱਚ ਸਿੱਖਾਂ ਨੂੰ ਸਿੱਖ ਹੋਣ ਦੀ ਕੀਮਤ ਚੁਕਾਉਣੀ ਪਈ ਹੈ ਅਤੇ ਸਿੱਖਾਂ ਨੇ ਆਪਣੀ ਹੋਂਦ, ਆਪਣੇ ਸਿੱਖੀ ਸਰੂਪ ਅਤੇ ਕਲਗੀਧਰ ਪਾਤਸ਼ਾਹ ਦੀਆਂ ਬਖਸ਼ੀਆਂ ਜੋ ਖਾਲਸਾਈ ਨਿਸ਼ਾਨੀਆਂ ਨੇ ਉਹਨਾਂ ਨੂੰ ਕਾਇਮ ਰੱਖਣਾ, ਇਸ ਪ੍ਰਕਾਰ ਦੀਆਂ ਜਿਹੜੀਆਂ ਮਰਜ਼ੀ ਘਟਨਾਵਾਂ ਘਟਦੀਆਂ ਰਹਿਣ, ਇਹ ਬਲ ਮਿਲਣਾ ਗੁਰੂ ਦੇ ਸ਼ਬਦ ਵਿੱਚੋਂ। ਮੈਂ ਸਮਝਣਾ ਉਹ ਲੋਕ ਇਸ ਪੱਖੋਂ ਬਲਵਾਨ ਸਨ, ਜਿਵੇਂ ਡਾਕਟਰ ਅਮਰਜੀਤ ਹੋਰਾਂ ਨੇ ਇਹ ਕਿਹਾ, ਗੁਰਬਾਣੀ ਦਾ ਫਰਮਾਨ ਸੁਣਾ ਕੇ ਤੁਸੀਂ ਵਿਆਖਿਆ ਨਹੀਂ ਕਰ ਸਕੇ। ਜਦੋਂ ਆਤਮਿਕ ਤੌਰ 'ਤੇ ਮਨੁੱਖ ਕਮਜ਼ੋਰ ਹੋ ਜਾਏ ਤਾਂ ਸਾਰੇ ਤਰ੍ਹਾਂ ਦੇ ਬੰਧਨ ਘੇਰ ਲੈਂਦੇ ਨੇ। ਬਲ ਛੁੱਟ ਕਿਉਂ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਪਰ ਦੂਜੇ ਬਾਣੇ ਨਾਲ ਕਹਿੰਦੇ ਨੇ ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਉਪਾਏ। ਜੇ ਆਤਮਿਕ ਤੌਰ 'ਤੇ ਬਲਵਾਨ ਮਨੁੱਖ ਹੋ ਜਾਏ ਤਾਂ ਹਰ ਪ੍ਰਕਾਰ ਦੇ ਬੰਧਨ ਤੋੜਨ ਲਈ ਕਾਇਮ ਹੋ ਜਾਂਦਾ ਹੈ। ਡਾਕਟਰ ਸਰੂਜਾ ਜੀ ਕਹਿ ਰਹੇ ਸਨ ਕਿ ਹਿੰਦੁਸਤਾਨ ਦੀ ਹਕੂਮਤ ਨੇ ਕੋਈ ਖਾਸ ਦੁੱਖ ਦਾ ਪ੍ਰਗਟਾਵਾ ਜਾਂ ਰੋਸ ਪ੍ਰਗਟ ਨਹੀਂ ਕੀਤਾ, ਅਸੀਂ ਉਹਨਾਂ ਤੋਂ ਕੀ ਆਸ ਰੱਖਦੇ ਹਾਂ? ਉੱਥੇ ਤਾਂ ਆਪ ਇਹੋ ਹਾਲ ਹੈ। ਉਹ ਕਹਿੰਦੇ ਜਿਹੜੇ ਹਿੰਦੂ ਨੇ, ਉਹ ਜੇ ਹਿੰਦੁਸਤਾਨ ਇੱਥੇ ਭਾਰਤ ਦੇ ਵਾਸੀ ਜਿਹੜੇ ਹਿੰਦੂ ਆਪਣੇ ਆਪ ਨੂੰ ਖੋਦੇ ਨੇ ਉਹ ਹੀ ਰਹਿ ਸਕਦੇ ਨੇ, ਜਿਹੜੇ ਹਿੰਦੂ ਨਹੀਂ ਉਹ ਨਿਕਲ ਜਾਣ, ਅਸੀਂ ਉਹਨਾਂ ਤੋਂ ਕੀ ਆਸ ਰੱਖਦੇ ਹਾਂ? ਮੈਂ ਸਮਝਣਾ ਜੋ ਖਾਲਸਾਈ ਚੜ੍ਹਦੀ ਕਲਾ ਹੋ ਰਹੀ ਰਾਜਨੀਤਿਕ ਖੇਤਰ, ਜਿਵੇਂ ਕੈਨੇਡਾ 'ਚ ਕੈਨੇਡਾ ਦਾ ਪ੍ਰਧਾਨ ਮੰਤਰੀ ਉੱਥੇ ਜਾਂਦਾ, ਉਹਨਾਂ ਨੂੰ ਕਿਉਂ ਸਾੜਾ ਪੈ ਗਿਆ? ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਬਦਨਾਮ ਕਰਨ ਵਾਸਤੇ ਕੈਨੇਡਾ ਵਿੱਚ ਕਿ ਐਤਵਾਦੀ ਨੇ, ਫਲਾਣੇ ਨੇ, ਤਾਂ ਕਿ ਇਹ ਰਾਜਨੀਤਿਕ ਤੌਰ 'ਤੇ ਉੱਭਰ ਰਹੇ ਨੇ। ਮੈਂ ਸਮਝਣਾ ਸਾਡੇ ਉਹ ਅਫਗਾਨੀ ਭਰਾ ਵੀ ਅਫਗਾਨਿਸਤਾਨ ਵਿੱਚ ਤੁਹਾਡੀ ਜੋ ਨਿਸ਼ਾਨੀ ਹੈ ਸਿੱਖ ਕੌਮ ਦੀ ਉਹਨੂੰ ਪ੍ਰਗਟਾਉਣ ਲਈ ਕਾਇਮ ਹੋਏ ਸਨ, ਅੱਗੇ ਵਧੇ ਸਨ ਰਾਜਨੀਤਿਕ ਤੌਰ 'ਤੇ। ਖਤਰਾ ਪੈ ਗਿਆ ਐਸੀਆਂ ਸ਼ਕਤੀਆਂ ਨੂੰ ਕਿ ਇਹਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਏ, ਮੈਨੂੰ ਤਾਂ ਇਹ ਸਮਝ ਪੈਂਦੀ ਆ। ਸਰਦਾਰ ਰਵੇਲ ਸਿੰਘ ਜਿਹੜੇ ਸ਼ਹੀਦ ਹੋਏ ਨੇ, ਰਿਸ਼ਤੇਦਾਰੀ ਵਿੱਚੋਂ ਵੀ ਮੈਂ ਉਹਨਾਂ ਨੂੰ ਮਿਲਿਆ ਕੁਝ ਸਾਲ ਪਹਿਲਾਂ, ਜਦੋਂ ਤੇਜਵੀਰ ਦੀ ਸ਼ਾਦੀ ਹੋਈ, 3 ਸਾਲ ਹਾਂ 2 ਸਾਲ ਪਹਿਲਾਂ ਦਿੱਲੀ ਮਿਲਣ ਹੋਇਆ ਸੀ, ਕਿਉਂਕਿ ਮੇਰੇ ਵੀਰ ਸਰਦਾਰ ਰਵੇਲ ਸਿੰਘ ਜੋ ਕੁੜਮ ਨੇ, ਇਹ ਮੇਰੇ ਇਹਨਾਂ ਦੇ ਕੁੜਮ ਨੇ, ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਤੇਜਵੀਰ ਸਿੰਘ ਦੀ, ਉੱਥੇ ਸਾਰੇ ਵੀਰ ਆਏ ਸਨ, ਸਰਦਾਰ ਰਵੇਲ ਸਿੰਘ ਹੋ ਰਹੇ ਨੇ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਲਿਆ। ਤਾਂ ਉਹਨਾਂ ਅੰਦਰ ਇੱਕ ਸਿੱਖੀ ਦਰਦ ਸੀ, ਉਦੋਂ ਵੀ ਗੱਲ ਹੋਈ ਸੀ, ਕਹਿੰਦੇ ਜਿੰਨਾ ਚਿਰ ਗੁਰਧਾਮ ਨੇ ਅਤੇ ਸਾਡੇ 'ਚ ਪ੍ਰਾਣ ਨੇ ਅਸੀਂ ਤਾਂ ਗੁਰਧਾਮਾਂ ਦੀ ਸੇਵਾ 'ਚ ਰਵਾਂਗੇ।
ਭਾਵੇਂ ਸਾਡੇ ਭਰਾ ਆ ਗਏ ਨੇ, ਸਾਰੇ ਆ ਸਕਦੇ, ਸਾਨੂੰ ਉਸ ਵਿੱਚ ਕੋਈ ਸ਼ੱਕ ਨਹੀਂ। ਹੁਣ ਬਸ ਇਹੀ ਲੋੜ ਹੈ, ਜਿਵੇਂ ਕਿਹਾ ਕਿ ਜਿੱਥੇ ਜਿੱਥੇ ਵੀ ਸਾਡੇ ਸਿੱਖ ਭਰਾ ਵੱਸਦੇ ਨੇ ਉਹ ਯਤਨ ਕਰਨ ਕਿ ਉਹਨਾਂ ਨੂੰ ਵੱਧ ਤੋਂ ਵੱਧ ਵਿਦੇਸ਼ਾਂ ਸੈਟਲ ਕਰਨ ਅਤੇ ਉੱਥੇ ਉਹਨਾਂ ਦੀ ਹੈਲਪ ਕਰਨ। ਪਰ ਜਿਹੜੀ ਕਹਿੰਦੇ ਨੇ ਮਿਲ ਕੇ ਆਵਾਜ਼ ਉਠਾਓ, ਇਹ ਭਾਵੇਂ ਹੋ ਸਕਦੀ ਜੇ ਸਿੱਖ ਸਟੇਟ ਕੰਮ ਕਰੋ। ਵਾਹਿਗੁਰੂ ਜੀ ਕਾ ਖਾਲਸਾ।